ਪੰਜਾਬ ਟੀਵੀ ਦੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਦੀ ਪ੍ਰਧਾਨਗੀ ਸੰਭਾਲਣ ਅਤੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਵੱਲੋਂ ਸਦਭਾਵਨਾ ਰੈਲੀਆਂ ਸ਼ੁਰੂ ਕਰਨ ਦੇ ਨਾਲ ਰਾਜਸੀ ਮਾਹੌਲ ਇੱਕਦਮ ਗਰਮ ਹੋਣ ਲੱਗਿਆ ਹੈ। ਜੇ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੀ ਉਹ ਪਹਿਲਾਂ ਹੀ ਮੈਦਾਨ ਦੇ ਵਿੱਚ ਐਕਟਿਵ ਨੇ ਇੱਕ ਦੂਜੇ ਤੇ ਦੂਸ਼ਣਵਾਦੀ ਜਵਾਬਦੇਹੀ ਚੁਣੌਤੀਆਂ ਇਹ ਦੌਰ ਖੁੱਲਮ-ਖੁਲਾ ਆ ਗਿਆ ਹੈ। ਪਿਛਲੇ ਦਿਨਾਂ 'ਚ ਬਠਿੰਡਾ ਦੇ ਅੰਦਰ ਜਦੋਂ ਸੁਖਵੀਰ ਬਾਦਲ ਹੁਣਾਂ ਨੇ ਰੈਲੀ ਕੀਤੀ ਤਾਂ ਉਹਨਾਂ ਨੇ ਕੈਪਟਨ ਮਰਿੰਦਰ ਨੂੰ ਕਿਹਾ ਕਿ ਇਸ ਜਗ੍ਹਾ ਦੇ ਉੱਤੇ ਆਪਣੀ ਰੈਲੀ ਕਰਕੇ ਦਿਖਾਓ ਕੈਪਟਨ ਮਰਿੰਦਰ ਜਦੋਂ ਹੁਣ ਕਾਂਗਰਸ ਦੀ ਪ੍ਰਧਾਨਗੀ ਸੰਭਾਲ ਰਹੇ ਐ ਤਾਂ ਉਹਨਾਂ ਨੇ ਇੱਕ ਕਦਮ ਅੱਗੇ ਜਾਂਦੇ ਐ ਕਿਹਾ ਕਿ ਮੈਂ ਪ੍ਰਧਾਨਗੀ ਜਿਹੜੀ ਹੈਗੀ ਆ ਬਠਿੰਡਾ 'ਚ ਰੈਲੀ ਕਰਕੇ ਸੰਭਾਲਾਂਗਾ ਐਦਾਂ ਦੀਆਂ ਚੁਣੌਤੀਆਂ ਦੇ ਵਿੱਚ ਪੰਜਾਬ ਲੱਗਦਾ ਹੈ ਕਿ ਹੌਲੀ-ਹੌਲੀ 2017 ਦੀਆਂ ਚੋਣਾਂ ਵੱਲ ਵੱਧ ਰਿਹਾ ਐ ਇਸ ਵੇਲੇ ਜਿਹੜੇ ਰਾਸੀ ਪੰਡਿਤ ਐ ਜਰਨਲਿਸਟ ਐ ਦੂਸਰੇ ਲੋਕ ਐ ਉਹਨਾਂ ਦੀ ਵੀ ਇੱਕ رائے ਹੈਗੀ ਐ ਕਿ ਪੰਜਾਬ ਦਾ ਜੋ ਮੌਜੂਦਾ ਮਾਹੌਲ ਨਜ਼ਰ ਆ ਰਿਹਾ ਹੈ ਉਹਦੇ ਤੋਂ ਲੱਗਦਾ ਹੈ ਕਿ ਤਿੰਨ ਤਰੀਕ ਮੁਕਾਬਲਿਆਂ ਵੱਲ ਪੰਜਾਬ ਅੱਗੇ ਨੂੰ ਵਧ ਰਿਹਾ ਹੈ ਇਨ੍ਹਾਂ ਸਾਰੇ ਮੁੱਦਿਆਂ ਤੇ ਸਾਡੇ ਨਾਲ ਚਰਚਾ 'ਚ ਜਿਹੜੇ ਵਿਸ਼ੇਸ਼ ਮਹਿਮਾਨ ਹਾਜ਼ਰ ਨੇ ਐਨ ਕੇ ਸ਼ਰਮਾ ਜੀ ਜਿਹੜੇ ਮੁੱਖ ਸੰਸਦÍ ਸਕੱਤਰ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਸਾਡੇ ਨਾਲ ਦੂਜੇ ਜਿਹੜੇ ਖਾਸ ਮਹਿਮਾਨ ਸਤਿ ਸੁਖਜਿੰਦਰ ਸਿੰਘ ਰੰਦਾਵਾ ਐਮ ਐਲ ਏ ਤਹਾਨੀ ਇਸ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਵੀ ਸੀਨੀਅਰ ਆਗੂ ਨੇ ਇੰਦਰਪ੍ਰੀਤ ਸਿੰਘ ਜਿਹੜੇ ਕਿ ਸਾਡੇ ਸੀਨੀਅਰ ਪੱਤਰਕਾਰ ਹੈ ਮੈਂ ਤਿੰਨਾਂ ਹੀ ਮਹਿਮਾਨਾਂ ਨੂੰ ਇਸ ਪੈਨਲ ਤੇ ਆਉਣ ਦੇ ਲਈ ਜੀ ਆਇਆਂ ਆਖਦਾ ਹਾਂ। ਜੀ। ਸ਼ਰਮਾ ਜੀ ਜਦੋਂ ਆਪਾਂ ਇਸ ਗੱਲਬਾਤ ਦਾ ਸਸਰਾ ਸ਼ੁਰੂ ਕਰਨ ਲੱਗੇ ਆ ਪਿਛਲੇ ਦਿਨਾਂ 'ਚ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਪ੍ਰਧਾਨਗੀ ਦੀ ਜੋ ਅਨਾਉਂਸਮੈਂਟ ਹੋਈ ਹੈ ਲੱਗਦਾ ਹੈ ਕਿ ਉਹਦੇ ਨਾਲ ਥੋੜੀ ਰਾਸਟਰੀ ਮਾਹੌਲ 'ਚ ਜ਼ਿਆਦਾ ਗਰਮਾ-ਗਰਮੀ ਆਈ ਹੈ। ਸਿੱਧੂ ਸਾਹਿਬ ਵੈਸੇ ਤਾਂ ਇਹ ਕਾਂਗਰਸ ਪਾਰਟੀ ਦਾ ਜਿਹੜਾ ਅੰਦਰੂਨੀ ਮਸਲਾ ਆ ਪਰ ਮੈਂ ਮਹਿਸੂਸ ਕਰਦਾ ਕਿ ਪੰਜਾਬ 'ਚ ਕੋਈ ਬਹੁਤਾ ਫਰਕ ਨਹੀਂ ਪੈਣਾ ਕੈਪਟਨ ਅਮਰਿੰਦਰ ਸਿੰਘ ਨੂੰ ਦੋ ਵਾਰੀ Okay. 2007 ਔਰ 2012 ਚ ਪੰਜਾਬ ਦੀ ਜਨਤਾ ਬੁਰੀ ਤਰ੍ਹਾਂ ਰਿਜੈਕਟ ਕਰ ਚੁੱਕੀ ਹੈ ਜੀ ਔਰ ਜਿਹੜੀ ਪੋਲਿਟਿਕਸ ਉਹਨਾਂ ਨੇ ਪੰਜਾਬ ਚ ਸ਼ੁਰੂ ਕੀਤੀ ਸੀਗੀ ਕਨਫਲਿਕਟ ਦੀ ਪੋਲਿਟਿਕਸ ਯਾ ਅਕਾਲੀਆਂ ਨੂੰ ਅੰਦਰ ਕਰਕੇ ਯਾ ਕਿਸੇ ਨੂੰ ਖਤਮ ਕਰਕੇ ਯਾ ਖੁੰਡਾ ਦਿਖਾ ਕੇ ਯਾ ਦਬਕੇ ਮਾਰ ਕੇ ਉਹ ਪੋਲਿਟਿਕਸ ਪੰਜਾਬ ਚ ਕਦੇ ਵੀ ਕਾਮਯਾਬ ਨਹੀਂ ਹੋਈ ਜੀ ਜੀ ਔਰ ਮੈਂ ਸਮਝਦਾ ਕਿ ਇਹੀ ਕਾਰਨ ਹੈ ਕਿ ਪੰਜਾਬੀਆਂ ਨੇ ਰਿਜੈਕਟ ਕੀਤਾ ਹੈਗਾ ਅਮਰਿੰਦਰ ਸਿੰਘ ਨੂੰ ਔਰ ਜਿੱਥੋਂ ਦਾ ਕਾਂਗਰਸ ਦੀ ਗੱਲ ਹੈ ਕਾਂਗਰਸ ਪੰਜਾਬ ਵਿਰੋਧੀ ਔਰ ਸਿੱਖ ਵਿਰੋਧੀ ਪਾਰਟੀ ਸਾਬਤ ਹੋ ਚੁੱਕੀ ਹੈ ਯਾਨੀ ਇਹਦੇ 'ਚ ਕੋਈ ਦੋ ਰਾਏ ਨਹੀਂ ਚਾਹੇ ਹੁਣ ਪਿੱਛੇ ਤੁਸੀਂ ਦੇਖੋ ਜੋ ਕੁਝ ਹੋਇਆ ਪੰਜਾਬ 'ਚ ਇਹਨਾਂ ਨੇ ਆਪਨੇ ਵੀ ਕਾਂਗਰਸ ਨੇ ਵੀ ਦੱਬ ਕੇ ਕੋਸ਼ਿਸ਼ ਕੀਤੀ ਕਿ ਪੰਜਾਬ 'ਚ ਅਸਾਂਤੀ ਫੈਲੇ ਮਾਹੌਲ ਖਰਾਬ ਹੋਏ ਪਰ ਪੰਜਾਬ ਦੇ ਲੋਕਾਂ ਨੇ ਉਸ ਨੂੰ ਵੀ ਬੁਰੀ ਤਰ੍ਹਾਂ ਰਿਜੈਕਟ ਕੀਤਾ ਜੀ ਜੀ ਸ਼ਰਮਜੀਤ ਮੈਂ ਇਸ ਮੁੱਦੇ ਤੇ ਵੀ ਆਣਾ ਦੁਆਰਾ ਤੁਹਾਡੇ ਵੱਲ ਰਨਾਵਾ ਜੀ ਜਦੋਂ ਆਪਾਂ ਗੱਲ ਕਰਦੇ ਹਾਂ ਕੈਪਟਨ ਮਿਰਿੰਦਰ ਦੀ ਵਾਪਸੀ ਦੀ ਪ੍ਰਧਾਨਗੀ ਦੇ ਤੌਰ ਤੇ ਉਹਦੇ ਨਾਲ ਜਿੱਦਾਂ ਮਾਹੌਲ ਦੀ ਗਰਮਾ-ਗਰਮੀ ਦੀ ਗੱਲ ਹੈਗੀ ਹੈ ਪਰ ਅਨਕਿਸ਼ਰਮਜੀਤ ਦੀ ਰਹਿ ਕੇ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ ਕਿ ਇਸ ਨੇਤਾਵਾਂ ਨੂੰ ਸੀ ਪਹਿਲਾਂ ਵੀ ਦੋ ਵਾਰੀ ਜਿਹੜਾ ਹੈਗਾ ਹਾਰਾ ਚੁੱਕੇ ਆਂ ਵੇਖੋ ਕਾਂਗਰਸ ਦੇ ਪ੍ਰੈਜ਼ੀਡੈਂਟ ਕੈਪਟਨ ਅਮਨਦਰ ਸਿੰਘ ਜੀ ਬਣੇ ਨੇ ਜੀ ਔਰ ਸਾਡੇ ਜਿਹੜੇ ਕਾਂਗਰਸ ਦੇ ਐਮਐਲਏ ਡਿਸਟ੍ਰਿਕਟ ਪ੍ਰੈਜ਼ੀਡੈਂਟ ਤੇ ਬਲਾਕ ਪ੍ਰੈਜ਼ੀਡੈਂਟਾਂ ਦੀ ਡਿਮਾਂਡ ਤੇ ਉਹਨਾਂ ਨੂੰ ਪੰਜਾਬ ਦਾ ਦੁਬਾਰਾ ਪ੍ਰਧਾਨ ਬਣਾਇਆ ਗਿਆ ਸਾਡੀ ਹਾਈ ਕਮਾਂਡ ਨੇ ਬਣਾਇਆ ਜੀ 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 ਜਿਹੜੀ ਗੱਲ ਇਹਨਾਂ ਨੇ ਕਹੀ ਕਿ ਲੋਕਾਂ ਨੇ ਦੋ ਵਾਰੀ ਰਿਜੈਕਟ ਕੀਤਾ ਮੇਰੇ ਖਿਆਲ ਚ ਇਹਦੇ ਬਾਰੇ ਤਾਂ ਆਪਾਂ ਬਹੁਤੀ ਬਹਿਸ ਚ ਪੈਣਾ ਨਹੀਂ ਚਾਹੀਦਾ ਕਿ ਜਿਹੜੀ ਇਹਨਾਂ ਦੂਸਰੀ ਖੁੰਡੇ ਦੀ ਗੱਲ ਕੀਤੀ ਆ ਜੋ ਇਸ ਟਾਈਮ ਪੰਜਾਬ ਦੇ ਹਾਲਾਤ ਨੇ ਓਕੇ ਉਹਦੇ ਚ ਕਾਂਗਰਸ ਜਿਹੜੀ ਆ ਉਹਨਾਂ ਨੇ ਕਦੀ ਵੀ ਇਹੋ ਜਿਹਾ ਰੋਲ ਅਦਾ ਨਹੀਂ ਕੀਤਾ ਜਿਹੜਾ ਉਥੇ ਬਰਗਾੜੀ ਚ ਕਾਂਡ ਹੋਇਆ ਗੁਰੂਗ੍ਰਾਂਤ ਸਾਹਿਬ ਨੂੰ ਜੇ ਚੋਰੀ ਕਰ ਲਿਆ ਇਹ ਸਰਕਾਰ ਨੇ ਉਹਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਵੇਲੇ ਪੰਜਾਬ ਦੇ ਜਿਹੜੇ ਮੈਂ ਇਹਨਾਂ ਦੀ ਗੱਲ ਦਾ ਜਵਾਬ ਦੇਣ ਲੱਗਾ ਇੱਕ ਕਾਂਗਰਸ ਦਾ ਕੀ ਰੋਲ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਵੇਖਿਆ ਕਿ ਜਦੋਂ ਕੋਈ ਅਕਾਲੀ ਦਲ ਥੱਲੇ ਨੂੰ ਜਾਣ ਲੱਗਦਾ ਉਹਨਾਂ ਦਾ ਕੰਮ ਹੁੰਦਾ ਪੰਥਕ ਮੁੱਦਾ ਜਾਂ ਪੰਜਾਬ ਚ ਅਸ਼ਾਂਤੀ ਤੁਸੀਂ 79 ਤੋਂ ਸ਼ੁਰੂ ਕਰ ਲਓ ਤੇ ਅੱਜ ਤੱਕ ਜਿਹੜੀ ਜੋ ਵੀ ਕੀਤਾ ਪ੍ਰਕਾਸ਼ ਸਿੰਘ ਬਾਦਲ ਨੇ ਐਂਟੀ ਪੰਜਾਬ ਕੀਤਾ ਜੇ ਪੰਜਾਬੀ ਸੂਬਾ ਬਣਾਇਆ ਜੀ ਤੇ ਇਹ ਪੰਜਾਬੀ ਸੂਬਾ ਨਹੀਂ ਬਣਾਇਆ ਪੰਜਾਬ ਦਾ ਉਹਨਾਂ ਨੇ ਕਤਲ ਕੀਤਾ ਔਰ ਇਹੋ ਜਿਹਾ ਸੂਬਾ ਬਣਾ ਦਿੱਤਾ ਕਿ ਅਸੀਂ ਦਿੱਲੀ ਦਿੱਲੀ ਤੱਕ ਸਾਡੇ ਬਾਰਡਰ ਲੱਗਦਾ ਸੀ ਇਧਰੋਂ ਲਾਹੌਰ ਸਪੀਤੀ ਸੀ ਇਹ ਸਰਦਾਰ ਪ੍ਰਕਾਸ਼ ਸਿੰਘ ਦੀ ਦੇਣ ਹੈ ਕਿ ਇੱਕ ਸੂਬੇ ਬਣਾ ਕੇ ਰੱਖ ਦਿੱਤੀ ਆ ਔਰ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਗੱਲ ਕਰਦੇ ਨੇ ਕਿ ਉਹਦੇ ਸਾਨੂੰ ਫਿਰ ਇਹਨੀਆਂ ਚੀਕਾਂ ਕਿਉਂ ਮਾਰਦੇ ਨੇ ਕਿ ਇਹਨਾਂ ਰੌਲਾ ਕਿਉਂ ਪਾਉਂਦੇ ਕਿ ਕੈਪਟਨ ਅਮਰਿੰਦਰ ਸਿੰਘ ਆ ਕੇ ਕੀ ਕਰ ਲੇਗਾ ਇਹ ਤੇ ਅਸੀਂ ਦੇਖਣਾ ਲੋਕਾਂ ਇਥੋਂ ਦੀ ਦੁਨੀਆ ਨੇ ਦੇਖਣਾ ਪਬਲਿਕ ਨੇ ਦੇਖਣਾ ਇਥੋਂ ਦੇ ਲੋਕਾਂ ਨੇ ਦੇਖਣਾ ਕਿ ਸਾਡੇ ਪੰਜਾਬ ਚ ਕੀ ਕੀ ਹੋਇਆ ਉਹ ਕਿਉਂ ਕਿ ਸਿਕੰਦਰ ਜੀ ਇਸ ਮੁੱਦੇ ਤੇ ਆਪਾਂ ਦੁਬਾਰਾ ਵੀ ਗੱਲ ਕਰਦੇ ਆਂ ਇਹਦੇ ਵੀ ਤੁਸੀਂ ਸਾਰੇ ਇਸ ਸਿਚੁਏਸ਼ਨ ਨੂੰ ਕਿਵੇਂ ਦੇਖਦੇ ਆਂ ਕਿ ਕੈਪਟਨ ਅਮਰਿੰਦਰ ਦੇ ਆਉਣ ਤੋਂ ਬਾਅਦ ਪੰਜਾਬ ਦਾ ਜਿਹੜਾ politcal scene ਨਜ਼ਰ ਆ ਰਿਹਾ ਉਹ ਕਿਸ ਤਰ੍ਹਾਂ ਦੀਆਂ ਚੇਂਜੇਸ ਜਾਂ ਕੀ ਤੁਹਾਡਾ ਅਨੁਭਵ ਹੈ ਨਹੀਂ ਮੈਨੂੰ ਲੱਗ ਰਿਹਾ ਕਿ ਇੱਕ ਬਹੁਤ ਟਾਰਗੇਟਡ ਹੈ ਇਹ ਸਾਰਾ ਜੋ ਮਤਲਬ ਉਹਨਾਂ ਨੇ ਕੈਪਟਨ ਨੂੰ ਟਾਰਗੇਟ ਕੀਤਾ ਹੈ ਤਾਂ ਕੋਈ ਨਾ ਇੱਕ ਕਾਰਨ ਹੈ ਹੂੰ ਹੂੰ ਪਹਿਲਾ ਅਕਾਲੀ ਦਲ ਕਾਂਗਰਸ ਦੀ ਗੱਲ ਕਰਦੇ ਸੀ ਹੁਣ ਕਾਂਗਰਸ ਦੀ ਗੱਲ ਨਹੀਂ ਕਰਦੇ ਹੁਣ ਉਹ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਦੇ ਕਿਉਂਕਿ ਸੁਖਬੀਰ ਬਾਦਲ ਜਾਣਦੇ ਐ ਕਿ ਅਗਰ ਉਹ ਲੜਾਈ ਨੂੰ ਵਿਧਾਨ ਸਭਾ ਦੇ ਵਿੱਚ ਠਿਕਾਉਣਾ ਨਹੀਂ ਬਣਾਣਗੇ ਤਾਂ ਅਕਾਲੀ ਦਲ ਨੂੰ ਉਹਦਾ ਬਹੁਤ ਨੁਕਸਾਨ ਹੋ ਸਕਦਾ ਐ ਇਸ ਟਾਈਮ ਦੇਖੋ ਜੋ ਹਾਲਾਤ ਪੋਲਿਟੀਕਲੀ ਬਣੇ ਹੋਏ ਨੇ ਅਕਾਲੀ ਦਲ ਨੂੰ ਵੱਡੀਆਂ ਰੈਲੀਆਂ ਇਲੈਕਸ਼ਨ ਤੋਂ ਸਵਾ ਸਾਲ ਕਰਨੀਆਂ ਪਹਿਲਾਂ ਕਰਨੀਆਂ ਪੈ ਰਹੀਆਂ ਨੇ ਵੱਡੀਆਂ ਰੈਲੀਆਂ ਤਾਂ ਕਿ ਲੋਕਾਂ 'ਚ ਉਹ ਬਣ ਪਿਛਲੇ ਜੋ ਘਟਨਾਵਾਂ ਜਿੰਨੀਆਂ ਵੀ ਹੋਈਆਂ ਨੇ ਇਨਲ ਪਾਰਟੀ ਨੂੰ ਬਹੁਤ ਖੋਰਾ ਲੱਗਿਆ ਤੇ ਉਹ ਪਾਰਟੀ ਬਹੁਤ ਮਯੂਸੀ ਦੇ ਵਿੱਚ ਹੈ ਲੋਕਾਂ ਨੇ ਇੱਕ ਤਰ੍ਹਾਂ ਦਾ ਰਿਜੈਕਟ ਕਰਤਾ ਮਤਲਬ ਉਹਨਾਂ ਦੇ ਥੱਲੇ ਤੁਸੀਂ ਦੇਖੋ ਕਿ ਇਹ ਕੁੱਟੀ ਜਾ ਰਹੀ ਹੈ ਇਸ ਤਰ੍ਹਾਂ ਦੀ ਮਾਹੌਲ ਪਹਿਲਾਂ ਕਦੇ ਨਹੀਂ ਹੋਇਆ ਜੀ ਜੀ ਸੋ ਉਹ ਜਿਹੜਾ ਵੋਟ ਬੈਂਕ ਹੈ ਉਹ ਕਿਤੇ ਆਪ ਦੀ ਵੀ ਅੱਛੀ ਉਹ ਹੈਗੀ ਹੈ ਪਰਫਾਰਮੈਂਸ ਹਾਂ ਪਰਫਾਰਮੈਂਸ ਕੀ ਹੈ ਓਕੇ ਤਾਂ ਲੋਕਾਂ ਨੂੰ ਇਹ ਲੱਗ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਅਗਰ ਸਾਰਾ ਵੋਟ ਬੈਂਕ ਆਪ ਤੇ ਸ਼ਿਫਟ ਹੋ ਗਿਆ ਕਾਂਗਰਸ ਅਗਰ ਕਮਜ਼ੋਰ ਰਹੀ ਦੇ ਦੋਨੋਂ ਤਰ੍ਹਾਂ ਦਾ ਵੋਟ ਬੈਂਕ ਉੱਥੇ ਸ਼ਿਫਟ ਹੋਏਗਾ ਔਰ ਅਸੀਂ ਬੁਰੀ ਤਰ੍ਹਾਂ ਹਾਰ ਜਾਾਂਗੇ ਲੇਕਿਨ ਅਗਰ ਲੜਾਈ ਤਿਕੋਣੀ ਹੋ ਜਾਂਦੀ ਹੈ ਤਾਂ ਅਕਾਲੀ ਦਲ ਨੂੰ ਇਹ ਲੱਗਦਾ ਹੈ ਕਿ ਜਿਹੜਾ ਉਹਨਾਂ ਦਾ ਕਮਿਟਿਡ ਵੋਟ ਬੈਂਕ ਹੈ ਜਿਹੜਾ 24-25% ਉਹਨਾਂ ਦਾ ਕਮਿਟਿਡ ਵੋਟ ਬੈਂਕ ਹੈ ਉਹਦੇ ਨਾਲ ਅਸੀਂ ਕਿਤੇ ਨਾ ਕਿਤੇ ਲੜਾਈ ਦੇ ਵਿੱਚੋਂ ਛੀਟਾਂ ਕੱਢ ਸਕਦੇ ਹਾਂ ਸੋ ਇਹ ਜਾਣ ਕੇ ਹੁਣ ਕਾਂਗਰਸ ਨੂੰ ਪ੍ਰੋਪਰ ਲੜਾਈ ਦੇ ਵਿੱਚ ਲੈ ਕੇ ਆਣਾ ਪੈਣਾ ਮੈਨੂੰ ਲੱਗਦਾ ਹੈ ਕਿ ਕੈਪਟਨ ਦੇ ਆਉਣ ਨਾਲ ਅਲਟੀਮੇਟਲੀ ਅਕਾਲੀ ਦਲ ਨੂੰ ਫਾਇਦਾ ਹੀ ਹੋਣਾ ਨੁਕਸਾਨ ਨਹੀਂ ਹੋਵੇਗਾ ਪਰ ਜਿਹੜਾ ਵਿਰੋਧੀ ਦਾ ਵਿਪੱਖਸ਼ ਵਾਲਾ ਵੋਟ ਹੈ ਮਤਲਬ ਸਰਕਾਰ ਵਿਰੋਧੀ ਵੋਟ ਹੈ ਜੋ ਉਹ ਆਪ ਔਰ ਕਾਂਗਰਸ ਦੇ ਵਿੱਚੋਂ ਕਿਹੜਾ ਜ਼ਿਆਦਾ ਲਏਗਾ ਉਹ ਬਹੁਤ ਉਸ ਤੇ ਬਹੁਤ ਡਿਪੈਂਡ ਕਰਦਾ ਹੈ ਜੀ 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 ਓਕੇ ਰਣਵੇ ਜੀ ਮੈਂ ਸ਼ਰਮਾ ਜੀ ਨੂੰ ਲਾਉਣ ਤੋਂ ਪਹਿਲਾਂ ਇਹ ਜਿਹੜਾ ਇਹਨਾਂ ਨੇ ਗੱਲ ਕੀਤੀ ਹੈ ਕਿ ਵੀ ਕੈਪਟਨ ਅਮਰਿੰਦਰ ਦੇ ਆਉਣ ਦੇ ਨਾਲ ਅਕਾਲੀ ਦਲ ਨੂੰ ਫਾਇਦਾ ਹੋਏਗਾ ਤੁਸੀਂ ਕੀ ਸਮਝਦੇ ਹੋ ਮੇਰਾ ਨਹੀਂ ਮੈਂ ਨਹੀਂ ਇਹ ਚੀਜ਼ ਸਮਝਦਾ ਕਿ ਅਕਾਲੀ ਦਲ ਨੂੰ ਫਾਇਦਾ ਹੋਏਗਾ ਇਹ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਣਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਕੰਮ ਨੇ ਜੀ ਜੀ ਜਿਹੜੇ ਪਾਣੀਆਂ ਦੇ ਉਸ ਵੇਲੇ ਉਹਨਾਂ ਨੇ ਫੈਸਲਾ ਕੀਤਾ ਲੋਕਾਂ ਦੀਆਂ ਫਸਲਾਂ ਚੱਕੀਆਂ ਉਹ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਬਿਜਲੀ 24 ਘੰਟੇ ਦਿੱਤੀ ਜਿੰਨੀ ਮਰਜ਼ੀ ਕਹੀ ਜਾਣ ਕਿ ਜੀ ਅਸੀਂ ਥਰਮਲ ਪਲਾਂਟ ਬਣਾਤੇ ਅਸੀਂ ਜੇ ਕਰਤਾ ਉਹ ਕਦਰ ਇਹ ਪਤ్రਕਾ ਸਾਹਿਬ ਵੀ ਬੈਠੇ ਨੇ ਇਹਨਾਂ ਨੂੰ ਵੀ ਪਤਾ ਕਿ ਪੰਜਾਬ 'ਚ ਬਿਜਲੀ ਦਾ ਕੀ ਹਾਲ ਹੈ ਇਹ ਵੀ ਬੈਠੇ ਨੇ ਕਿਉਂਕਿ ਬਿਲਡਰ ਵੀ ਨੇ ਇਹਨਾਂ ਨੂੰ ਵੀ ਪਤਾ ਪੰਜਾਬ ਦੇ ਵਿੱਚ ਬਿਜਲੀ ਕਿਹੜੀ ਕਿਦਾਂ ਕਿਹੜੀ ਸਪਲਾਈ ਆਈ ਤੇ ਜੋ ਲੋਕਾਂ ਦਾ ਇੱਥੇ ਪੰਜਾਬ 'ਚ ਫਸਲਾਂ 'ਚ ਜੋ ਬਠਿੰਡੇ ਦੇ ਜਿਹੜੇ ਸੱਦ ਭਾਵਨਾ ਰੈਲੀਆਂ ਕਰਨ ਦੀ ਲੋੜ ਕਿਉਂ ਪਈ ਜੀ ਜੀ ਪਹਿਲਾਂ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਗੜਬੜ ਸ਼ੁਰੂ ਕਰਵਾਈ ਉੱਥੇ ਜਿਹੜੇ ਪੀਸਫੁਲੀ ਆਪਣਾ ਮੁਜ਼ਾਹਰਾ ਕਰ ਰਹੇ ਸੀ ਸੰਤ ਸਮਾਜ ਬੈਠਾ ਸੀ ਜਿਹਨੂੰ ਸਾਰੇ ਪੂਜਦੇ ਨੇ ਔਰ ਆਪਣੇ ਬਾਦਲ ਸਾਹਿਬ ਕਈ ਵਾਰੀ ਉੱਥੇ ਜਾਂਦੇ ਨੇ ਔਰ ਉਹਨਾਂ ਗੁਰਦੁਆਰਿਆਂ 'ਚ ਜਾ ਕੇ ਵਿਜ਼ਿਟ ਕਰਦੇ ਰਹੇ ਨੇ ਉਹਨਾਂ ਮੱਤਾਂ ਟੇਕਣ ਜਾਂਦੇ ਉਹਨਾਂ ਸੰਤਾਂ ਦਾ ਕੀ ਕਸੂਰ ਸੀ ਕਿ ਸਵੇਰੇ ਜਦੋਂ ਬਾਣੀ ਪੜ ਰਹੇ ਸੀ ਜਬਜੀਤ ਸਾਹਿਬ ਦਾ ਪਾਰਟ ਹੋ ਗਿਆ ਜਬ ਸਾਹਿਬ ਸਟਾਰਟ ਕੀਤਾ ਉਥੇ ਜਾ ਕੇ ਪੁਲਿਸ ਦੀਆਂ ਗੱਡੀਆਂ ਖੜੀਆਂ ਕਰਕੇ ਪਾਣੀ ਮਾਰ ਕੇ ਉਹਨਾਂ ਨੂੰ ਭਜਾ ਦੇਣਾ ਤੇ ਜਿਹੜੀਆਂ ਜਿਹੜੇ ਕਿਸਾਨ ਬੈਠੇ ਨੇ ਜਿਨ੍ਹਾਂ ਦਾ ਨਰਮੇ ਦਾ ਨੁਕਸਾਨ ਹੀ ਨਾ ਹੋਇਆ ਸਾਡੇ ਏਰੀਆ ਚ ਬਾਸਮਤੀ ਝੋਨਾ ਦਾ ਉਹਨਾਂ ਨੇ ਕੋਈ ਰੇਟ ਨਹੀਂ ਦਿੱਤਾ ਚੁੱਕਿਆ ਕਿਸੇ ਨੇ ਲੋਕ ਇਹ ਚੀਜ਼ ਤੇ ਉਹ ਚੀਜ਼ਾਂ ਜਿਹੜੀਆਂ ਕੈਪਟਨ ਸਾਹਿਬ ਨੂੰ ਜਾਜ ਕਰ ਰਹੇ ਨੇ ਕਿ ਲੋਕ ਕਹਿੰਦੇ ਕਿ ਕੈਪਟਨ ਮਨਿੰਦਰ ਸਿੰਧਾ ਰਾਜ ਓਕੇ ਓਕੇ ਤੁਹਾਨੂੰ ਲੱਗਦਾ ਕਿ ਕਾਲੀਦਾਨ ਸ਼ਰਵੀ ਜਿਹੜਾ ਇਹਨਾਂ ਨੇ ਇਸਿਊ ਨੂੰ ਲੈ ਕੇ ਆਂਦਾ ਹੈ ਕਿ ਇੱਕ ਤੇ ਗੱਲ ਹੈ ਕਿ ਵੀ ਜਿਹੜਾ ਇਹਨਾਂ ਦਾ ਕਹਿਣਾ ਕਿ ਬਾਦਲ ਜਿਹੜੇ ਪੰਜਾਬ ਰੋਧੀ ਰਹੇ ਪੰਜਾਬ ਦਾ ਨੁਕਸਾਨ ਹੋਇਆ ਕੈਪਟਨ ਮਰਿੰਦਰ ਜਿਹੜਾ ਹੈਗਾ ਪ੍ਰੋ ਪੰਜਾਬ ਰੋ ਦੇੋਂ ਤੇ ਫਾਰਮਰਾਂ ਨੂੰ ਤੇ ਦੂਜੀਆਂ ਧਿਰਾਂ ਨੂੰ ਬੜਾ ਫਾਇਦਾ ਹੋਇਆ ਇਹ ਸਾਰੇ ਇਸ਼ੂ ਨੂੰ ਕਿਵੇਂ ਦੇਖਦੇ ਨੇ ਦੇਖੋ ਦੋ ਤਿੰਨ ਗੱਲਾਂ ਇਹਨਾਂ ਨੇ ਬਰਗਾੜੀ ਦੀ ਵੀ ਗੱਲ ਕੀਤੀ ਔਰ ਕਿਸਾਨਾਂ ਦੀ ਵੀ ਗੱਲ ਕੀਤੀ ਜੀ ਜੀ ਪਹਿਲੀ ਗੱਲ ਤਾਂ ਇਹ ਆ ਵੀ ਕਾਂਗਰਸ ਇੱਕ ਵੀ ਚੀਜ਼ ਦੱਸ ਦੇਣ ਵੀ ਕਦੇ ਇਹਨਾਂ ਨੇ ਕਿਸਾਨਾਂ ਦੇ ਹੱਕ ਦੀ ਗੱਲ ਕਦੇ ਕੀਤੀ ਜਦੋਂ ਇਹਨਾਂ ਦੀ ਸਰਕਾਰ ਬਣੀ ਇਹਨਾਂ ਨੇ ਆਂਦੇ ਹੀ ਮੋਟਰਾਂ ਦੇ ਜਿਹੜੇ ਬਿੱਲ ਆਲੇ ਸਿਰਫ ਇਲੈਕਸ਼ਨਾਂ ਤੋਂ 6 ਮਹੀਨੇ ਪਹਿਲਾਂ ਵੋਟਾਂ ਦੀ ਖਾਤਰ ਇਹਨਾਂ ਨੇ ਉਹ ਬਿੱਲ ਮaaf ਕੀਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਲ ਸਾਹ ਆ ਜਿਹੜੇ 5500 ਕਰੋੜ ਰੁਪਇਆ ਹਰ ਸਾਲ ਇਲੈਕਟ੍ਰਿਸਿਟੀ ਜਿਹੜੀ ਸਬਸਿਡੀ ਦੇ ਰੂਪ ਚ ਉਹ ਦਿੰਦੇ ਇਹਨਾਂ ਨੇ ਬਿਜਲੀ ਦੀ ਗੱਲ ਕੀਤੀ ਹੈ ਜਿਸ ਦਿਨ ਅਸੀਂ ਟੇਕਓਵਰ ਕੀਤਾ 6200 ਮੈਗਾਵਾਟ ਬਿਜਲੀ ਪੰਜਾਬ ਚ ਸੀਗੀ 27% ਡੈਫਿਸਿਟ ਸੀਗੀ ਯਾਨੀ ਘੱਟ ਸੀਗੀ ਅੱਜ 12464 ਮੈਗਾਵਾਟ ਬਿਜਲੀ ਹੈ ਤੁਹਾਡੇ ਯਾਦ ਹੋਣਾ 6 ਵਜੇ ਸਾਰੇ ਮਾਲ ਦੁਕਾਨਾਂ ਸਾਰਾ ਕੁਝ ਬੰਦ ਹੋ ਜਾਂਦਾ ਤਾਂ ਇਹ ਕਿਸਾਨਾਂ ਨੂੰ ਬਿਜਲੀ ਦੇਣ ਦੀ ਗੱਲ ਕਰ ਰਹੇ ਪੰਜਾਬ ਚ ਤਾਂ ਬਿਜਲੀ ਲੱਭਦੀ ਹੋਣੀ ਸੀਗੀ ਫਿਰ ਬਾਦ ਸਾਹਿਬ ਦੀ ਸਰਕਾਰ ਆਈ ਕਹਿੰਦੀ ਬਿਜਲੀ ਨਹੀਂ ਅਸੀਂ ਬੀਜਾਂ 'ਚ ਸਬਸਿਡੀ ਦਿੱਤੀ। ਵਾਈਟ ਮੱਖੀ ਦਾ ਹੋਇਆ ਕੱਲਾ ਪੰਜਾਬ 'ਚ ਨਹੀਂ ਹੋਇਆ। ਇਹ ਰਾਜਸਥਾਨ 'ਚ ਵੀ ਹੋਇਆ। ਪਾਕਿਸਤਾਨ 'ਚ ਵੀ ਹੋਇਆ। ਮੱਧ ਪ੍ਰਦੇਸ਼ 'ਚ ਵੀ ਹੋਇਆ। ਪਰ ਤੁਸੀਂ ਕੱਲੀ ਸਾਡੀ ਸਰਕਾਰ ਆ 643 ਕਰੋੜ ਰੁਪਏ ਸੀ ਚਿੱਟੀ ਮੱਖੀ ਦੇ ਨੁਕਸਾਨ ਦਾ ਦਿੱਤਾ। ਅਜੇ ਤੱਕ ਬਾਕੀ ਸਟੇਟਾਂ 'ਚ ਸਰਵੇ ਤਾਂ ਨਹੀਂ ਹੋਇਆ। ਅੱਛਾ ਇਸ ਤੋਂ ਬਾਅਦ ਹਾਰਟੀਕਲਚਰ ਯੂਨੀਵਰਸਿਟੀ ਹਿੰਦੁਸਤਾਨ ਚ ਸਿਰਫ ਪੰਜਾਬ ਚ ਬਣਨ ਜਾ ਰਹੀ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ 300 ਕਰੋੜ ਰੁਪਏ ਦੇ ਉੱਪਰ ਗ੍ਰਾਂਟ ਜਿਹੜੀ ਪਿਛਲੇ ਸਾਲ ਦਿੱਤੀ ਹੈ ਜੇ ਕਿਸਾਨਾਂ ਦੀ ਕਿਸੇ ਨੇ ਸੋਚਿਆ ਅਜੇ ਤੱਕ ਉਹ ਓਕੇ ਤੁਹਾਡੀ ਬਾਦਸ਼ਾਹ ਸਰਕਾਰ ਔਰ ਜੋ ਕਿਸਾਨਾਂ ਦੀ ਜਹਾਲਤ ਮਾੜੀ ਆ ਇਹ ਸੈਂਟਰ ਦੇ ਅੰਦਰ ਜਿਆਦਾ ਸਮਾਂ ਕਾਂਗਰਸ ਦਾ ਰਾਜ ਰਿਹਾ ਅਸੀਂ ਕਦੇ ਐਮਐਸਪੀ ਫਿਕਸ ਨਹੀਂ ਕਰੀ ਅਸੀਂ ਕਦੇ ਬਿਜਾਂ ਦੇ ਰੇਟ ਨਹੀਂ ਫਿਕਸ ਕਰਦੇ ਅਸੀਂ ਸਮੇਂ ਖਾਦਾਂ ਦੇ ਰੇਟ ਸਰਕਾਰ ਤੁਹਾਡੀ ਆ ਤੇ ਹੁਣ ਹੁਣ ਤੇ ਤੁਸੀਂ ਬੇੜੇ ਚੰਗਾਲ ਕਰ ਚ ਸਰਕਾਰ ਕਿਸਾਨ ਨੂੰ ਕੰਗਾਲ ਕਰਨ ਤੇ ਪੰਜਾਬ ਚ ਅਕਾਲੀ ਦਲ ਬੀਜੇਪੀ ਸਰਕਾਰ ਔਰ ਮੇਟੀ ਚ ਤੁਹਾਡੀ ਸਰਕਾਰ ਦਾ ਸਰਕਾਰ 50 ਰੁਪਏ ਤੁਸੀਂ ਕਹੋ ਕੱਕ ਦਾ ਰੇਟ 50 ਰੁਪਏ ਤੁਸੀਂ ਝੋਨੇ ਦਾ ਬਦਲੇ ਇਹੋ ਗੱਲ ਕਰ ਦਿਓ ਕੈਪਟਨ ਉਹ ਜਦ ਤੁਸੀਂ ਬੋਲ ਰਹੇ ਸੀ ਕਿ ਮੇਰੀ ਗੱਲ ਸੁਣੋ ਨਾ 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 ਬਿਲਕੁਲ ਨਹੀਂ ਡਾਕਟਰ ਮਨਵਰ ਸਿੰਘ ਦੇ ਟਾਈਮ ਯਾਦ ਕਰੋ ਦੱਸੋਗੇ ਦਾ ਟਾਈਮ ਯਾਦ ਕਰੋ ਕਿ ਕਿਸਾਨਾਂ ਨੂੰ ਤੰਗਾਲ ਕਰਨ ਚ ਸਭ ਤੋਂ ਵੱਡਾ ਰੋਲ ਕਾਂਗਰਸ ਦਾ ਰਿਹਾਗਾ ਫਿਰ ਆਪ ਬਰਗਾੜੀ ਦੀ ਆਪਾ ਅਜਾ ਇਹਦਾ ਮਤਲਬ ਕ੍ਰੇਟ ਵਧਾਵੇ ਕਾਂਗਰਸ ਡਾਕਟਰ ਮਨਮੋਹਨ ਸਿੰਘ ਰੇਟ ਵਧਾਵੇ ਤੇ ਦੇਖੋ ਉਹਨਾਂ ਨੇ ਕਰਤਾ ਜਿਹੜਾ ਮੋਦੀ ਨੇ ਕੀਤਾ ਜਿਹੜਾ ਪੰਜ ਤਰਫੀਆਂ ਵਧਾਇਆ ਕਿਉਂ ਨਹੀਂ ਦੋਲੀ ਭਾਈ ਮੋਦੀ ਦਾ 9 ਮਹੀਨੇ ਪਹਿਲਾਂ ਆ ਤੇ 9 ਮਹੀਨੇ ਪਹਿਲਾਂ ਤੇ ਰੇਟ ਉਹਨੇ ਵਧਾਇਆ ਕਿ ਰਾਜ ਕਰਿਆ ਕਿਸਾਨ ਦੀ ਬਸ ਜਰਾ ਦੀ ਇਹਦੀ ਕਰੋੜਾਂ ਤੇ ਮਤੇ ਜੇ ਬਾਦਲ ਸਾਹਿਬ 5500 ਕਰੋੜ ਰੁਪਇਆ ਕਿਸਾਨ ਨੂੰ ਕੋਈ ਨਹੀਂ ਤੁਸੀਂ ਹਿੱਸਾ ਦਿੱਤਾ ਜਦੋਂ ਕੋਈ ਨਹੀਂ ਬੋਲੇ ਤੁਸੀਂ ਅੱਜ ਤਰਫੀਆਂ ਹੀ ਰਿਜੈਕਟ ਕਰਦੀ ਸਾਨੂੰ ਕਿਆ ਲੋੜ ਪਈ ਇਹ ਤੋਂ ਜਦੋਂ ਵੀ ਪੰਜਾਬ ਦੇ ਰੁਪਈਆ ਦਾ ਮਤਲਬ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਕਰ ਕਾਂ ਦੀ ਕਾਂਗਰਸ ਦੀ ਕਰ ਲਈ ਅਕਾਲੀ ਦਲ ਨੇ ਹਮੇਸ਼ਾ ਹੀ ਜਦੋਂ ਤੁਸੀਂ ਸੁਖਜਿੰਦਰ ਜੀ ਜਦੋਂ ਤੁਸੀਂ ਬੋਲ ਰਹੇ ਸੀਗੇ ਮੈਂ ਇੱਕ ਲਫਜ਼ ਨਹੀਂ ਬੋਲਿਆ ਮੈਂ ਤੁਹਾਡੀ ਗੱਲ ਦਾ ਕੋਲ ਮੈਨੂੰ ਗੱਲ ਕਰਨ ਦੀ ਜਦੋਂ ਤੁਹਾਨੂੰ ਬੋਲਣਾ ਮੈਂ ਆਪਣੀ ਗਲਤੀ ਸੀ ਉਹ ਨਹੀਂ ਕਿ ਮਕੰਮਲ ਆਪਾਂ ਬ੍ਰਾਂਡ ਤੇ ਜਾਣ ਲਈ ਤੁਸੀਂ ਆਪਣੀ ਗੱਲ ਪਹਿਲਾਂ ਮੈਂ ਮਕੰਮਲ ਇਹ ਗੱਲ ਕਰ ਰਿਹਾ ਵੀ ਜੋ ਬਰਗਾੜੀ ਚ ਹੋਇਆ ਉਸ ਤੋਂ ਵੱਡੀ ਮਾੜੀ ਦੁਰਘਟਨਾ ਹਿੰਦੁਸਤਾਨ ਦੇ ਜਾਂ ਪੰਜਾਬ ਦੇ ਇਤਿਹਾਸ ਚ ਕਦੇ ਨਹੀਂ ਆਇਆ ਹੋ ਨਹੀਂ ਸਕਦੀ ਉਸ ਦਾ ਦੁੱਖ ਸ਼ਰਮਣੀ ਮੇਰੀ ਮਜਬੂਰੀ ਹੈ ਮੈਂ ਕਿਉਂ ਨਹੀਂ ਅੰਦਾਜ਼ ਸਾਹਿਬ ਜੀ ਬ੍ਰੇਕ ਵੱਲ ਜਾਣ ਲੱਗੇ ਆ ਬ੍ਰੇਕ ਤੋਂ ਬਾਅਦ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਪੰਜਾਬੀ ਆਲੇ ਮੈਨੂੰ ਗੱਲ ਪੂਰੀ ਕਰਨ ਦੇ ਉਹ ਅੱਗੇ ਲਾਂ ਪਿੱਛੇ ਕਾਂਗਰਸ ਦੀ ਜਿਨ੍ਹਾਂ ਨੇ ਫਿਰ ਬਾਅਦ ਵਿੱਚ ਇਹਨਾਂ ਉਦਿਆਂ ਦੇ ਜੋ ਤੁਸੀਂ ਪਤੂ ਬਾਪੇ ਸਾਬੀ ਆਪ ਟੀਵੀ ਦੇ ਦਰਸ਼ਕਾਂ ਦਾ ਮੋੜ ਇੱਕ ਵਾਰ ਸਵਾਗਤ ਹੈ ਬ੍ਰੇਕ ਤੋਂ ਪਹਿਲਾਂ ਆਪਾਂ ਪੰਜਾਬ ਦੇ ਜਿਹੜੀ ਰਾਸ਼ਟਰੀ ਮਾਹੌਲ ਪਖਣ ਲੱਗਿਆ ਉਹਦੇ ਕਿਸ ਤਰੀਕੇ ਨਾਲ ਕਿਹੜੇ ਇਸ਼ੂ ਉੱਪਰ ਕੇ ਸਾਹਮਣੇ ਆ ਰਿਹਾ ਉਹਨਾਂ ਮੁੱਦਿਆਂ ਤੇ ਆਪਣੇ ਮਹਿਮਾਨਾਂ ਨਾਲ ਚਰਚਾ ਕਰ ਰਹੇ ਹਾਂ ਸ਼ਰਮਨਜੀਤ ਬ੍ਰੇਕ ਤੋਂ ਪਹਿਲਾਂ ਤੁਸੀਂ ਇਸ ਮੁੱਦੇ ਤੇ ਗੱਲ ਕਰ ਰਹੇ ਸੀ ਕਿ ਜਿਹੜੀ ਪੰਜਾਬ ਗਵਰਨਮੈਂਟ ਹੈਗੀ ਹੈ ਜਾਂ ਜਿਹੜੀ ਹਾਕਮਤ ਹੈ ਰਹੀ ਹੈ ਉਹਨਾਂ ਨੇ ਫਾਰਮਰਸ ਦੇ ਲਈ ਬਹੁਤ ਖੁਸ਼ ਕੀਤਾ ਹੈ ਬਿਲਕੁਲ ਕੀਤਾ ਤਾਂ ਹੀ ਤਾਂ ਬਾਦਲ ਸਾਹਿਬ ਪੰਜ ਵਾਰੀ ਮੁੱਖ ਮੰਤਰੀ ਬਣੇ ਹੁਣ ਆਪਾਂ ਜੀ ਹੁਣ ਮੇਰੇ ਤੋਂ ਪਹਿਲਾਂ ਬਰਗਾੜੀ ਜਿਹੜੀ ਦੁਰਘਟਨਾ ਦੀ ਗੱਲਬਾਤ ਹੋਈ ਉਸ ਟਾਈਮ ਸਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਸਾਡੇ ਸਾਰੇ ਵਰਕਰਾਂ ਨੂੰ ਬੜਾ ਅਫਸੋਸ ਸੀਗਾ ਔਰ ਮੈਂ ਇਹ ਕਹਿਣ ਤੇ ਵੀ ਕੋਈ ਗਰੇਜ ਨਹੀਂ ਕਰਦਾ ਕਿ ਉਸ ਟਾਈਮ ਪੁਲਿਸ ਦੀ ਮਿਸਹੈਂਡਲਿੰਗ ਨਾਲ ਸਾਡੇ ਦੋ ਨੌਜਵਾਨ ਜਿਹੜੇ ਬੱਚੇ ਮਾਰੇ ਗਏ ਪਰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਕਾਂਗਰਸ ਔਰ ਆਪ ਪਾਰਟੀ ਨੇ ਪੰਜਾਬ 'ਚ ਅੱਗ ਲਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਪਹਿਲਾਂ ਇਹਨਾਂ ਨੇ ਸੋ ਕਾਲਡ ਸਰਬਤ ਖਾਲਸਾ ਦੀ ਹਮਾਇਤ ਕੀਤੀ ਕਾਂਗਰਸ ਦੇ ਲੀਡਰ ਉੱਥੇ ਸਟੇਜ ਤੇ ਗਏ ਖਾਲਿਸਤਾਨ ਦਾ ਸਮਰਥਨ ਕਰਕੇ ਆਏ ਸਿੱਕੀ ਆ ਚਾਹੇ ਜੀਰਾ ਆ ਚਾਹੇ ਹਰਮਿੰਦਰ ਗਿੱਲਾ ਚਾਹੇ ਲਾਲੀ ਮਜੀਠੀ ਹੈਗਾ ਇਹਨਾਂ ਨੇ ਪੂਰਾ ਉੱਥੇ ਸਟੇਜ ਤੇ ਪੂਰਾ ਹੱਥ ਖੜੇ ਕਰਕੇ ਜਦੋਂ ਦੇਖਿਆ ਕਿ ਪੰਜਾਬ ਚ ਇਸ ਚੀਜ਼ ਦਾ ਵਿਰੋਧ ਹੋ ਰਿਹਾ ਫਿਰ ਉਹ ਉਸ ਦੇ ਉਲਟ ਬੋਲਣ ਲੱਗੇ ਪਹਿਲੀ ਵਾਰੀ ਆ ਵੈਸੇ ਮੈਂ ਇਹਨਾਂ ਨੇ ਪੰਥਕ ਗੱਲ ਕੀਤੀ ਆ ਤੁਸੀਂ ਦੱਸੋ ਵੀ ਆਪ ਪਾਰਟੀ ਜਿਹੜੀ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਸਾਹਮਣੇ ਸ਼ਰਾਬ ਪੀ ਕੇ ਜਿਹੜੇ ਲੀਡਰ ਜਾਂਦੇ ਆ ਕਿ ਆ ਉਹ ਪੰਥਕ ਹੋ ਸਕਦੇ ਕੀ ਉਹ ਪੰਥਕ ਕੀ ਉਹ ਲੀਡਰ ਪੰਥਕ ਹੋਣਗੇ ਜਿਨ੍ਹਾਂ ਨੇ 1984 ਚ ਦੰਗੇ ਕਰਵਾਏ ਕੀ ਉਹ ਪੰਥਕਾਂ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਸੋ ਗੱਲ ਜਾਂ ਉਹ ਮਹਾਨ ਸ਼ਖਸੀਅਤ ਜਿਨੇ 17 ਸਾਲ ਪੰਜਾਬੀ ਤੇ ਪੰਜਾਬੀਅਤ ਦੀ ਕਾਰਜਕਾਰੀ ਜੇਲ੍ਹ ਸ਼ਰਮਈ ਜੀ ਹਾਰ ਟਾਈਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਘਰ ਚਾ ਸ਼ਰਮਾ ਜੀ ਤੁਹਾਡਾ ਜੀ ਜੀ ਪਾਉੜੀ ਕਰਦੇ ਆ ਤੁਹਾਡੇ 뷰 ਪੁਆਇੰਟ ਆ ਸਾਉ ਨੂੰ ਅੱਗੇ ਲੈ ਕੇ ਗਏ ਆ ਸੋ ਇਹ ਤਾਂ ਸਿਰਫ ਪੰਜਾਬ ਨੂੰ ਅੱਗ ਲਾਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੇ ਟੋਟਲ ਇਹਨਾਂ ਨੂੰ ਰਿਜੈਕਟ ਕੀਤਾ ਆ ਬਾਈ ਇਹਨਾਂ ਤੋਂ ਪੁੱਛਦੇ ਆ ਅੱਗੇ ਕਿਸੇ ਤਰ੍ਹਾਂ ਵੱਲੋਂ ਨਹੀਂ ਲਾਈ ਜਾਣੀ ਚਾਹੀਦੀ ਇਹ ਰਣਵਾਸਾ ਇਸ ਮੁੱਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਬੜੇ ਸੀਰੀਅਸ ਜੜੇਗੇ ਇਸ਼ੂ ਸ਼ਰਮਾ ਜੀ ਨੇ ਖੜੇ ਕੀਤੇ ਇਹਨਾਂ ਨੇ ਕੀਤੀ ਆ ਇਹਨਾਂ ਨੇ ਕਿਹਾ ਕਿ ਬਰਗਾੜੀ ਚੱਕ ਲਾਉਣ ਦੀ ਕੋਸ਼ਿਸ਼ ਕੀਤੀ। ਬਿਲਕੁਲ ਪੂਰੀ ਕੀਤੀ। ਉੱਥੇ ਜਿਹੜੇ ਸ਼ਹੀਦ ਜਿਹੜੇ ਉਹਨਾਂ ਨੂੰ ਕੀਤਾ ਗਿਆ ਉਹਨਾਂ ਦੇ ਘਰਾਂ 'ਚ ਅਫਸੋਸ ਕਰਨ ਕੈਪਟਨ ਬਿਰਿੰਦਰ ਸਿੰਘ ਵੀ ਗਏ, ਰਾਹੁਲ ਗਾਂਧੀ ਵੀ ਗਏ। ਇਹਨਾਂ ਦਾ ਜੇ ਇੰਦੀ ਕੋਈ ਹੈਗੀ ਸੀ ਇਹਨਾਂ ਨੂੰ ਬਾਦਲ ਸਾਹਿਬ ਨੂੰ ਜਿੱਥੇ ਹਮੇਸ਼ਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਵੱਡੇ ਬਾਦਲ ਸਾਹਿਬ ਕਹਿੰਦੇ ਨੇ ਕਿ ਅਸੀਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ। ਜੀ ਜੀ। ਤੇ ਛੋਟੇ ਬਾਦਲ ਸਾਹਿਬ ਕਹਿੰਦੇ ਆ ਵੀ ਤੇ ਮੈਂ ਅੰਦਰ ਦੇ ਦਿੱਤੇ ਪੰਜ ਹੋਰ ਮੈਂ ਅੰਦਰ ਦੇ ਦੇਣੇ ਦੇਖੋ ਇਹਨਾਂ ਨੂੰ ਵੇਖੋ ਮੈਂ ਹੁਣ ਸੋਲ ਤੁਸੀਂ ਮੈਨੂੰ ਕਹਿੰਦੇ ਹੋ ਉਹਨਾਂ ਬੋਲੀ ਹੁਣ ਮੈਂ ਵੀ ਨਹੀਂ ਸੀ ਬੋਲਿਆ ਜਿਹੜਾ ਚੱਪਾ ਬੋਲਿਆ ਤੇ ਉਹਦੇ ਚ ਉਹਨਾਂ ਨੇ ਖਾਲਸਾ ਧਰਮ ਦੇ ਨਾਰੇ ਦੀ ਬਾਤ ਚ ਕਰਦੇ ਜਿਹੜੀ ਉੱਥੇ ਗੱਲ ਕੀਤੀ ਪਹਿਲੀ ਗੱਲ ਕਿ ਸਿੱਖੀ ਉਹਨੇ ਐਜੇ ਸਿੱਖ ਉਹਨੇ ਵਿਧਾਨ ਸਭਾ ਤੋਂ ਪਹਿਲਾਂ ਰਿਜਾਈਨ ਕਰ ਦਿੱਤਾ ਇਹਨਾਂ ਦੇ 27 ਬੰਦਿਆਂ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਸਤੀਫਾ ਦਿੱਤੇ ਆ ਅਜੇ ਤੱਕ ਕਿਸੇ ਦਾ ਨਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਦੂਸਰੀ ਚੀਜ਼ ਜਿਹੜੀ ਆ ਕਿ ਬਰਗਾੜੀ ਦੇ ਵਿੱਚ ਜਾਣਾ ਉਥੇ ਗੁਰੂਗਰਾ ਸਾਹਿਬ ਦੀ ਬੇਅਦਬੀ ਹੋਣੀ ਕੀ ਗੱਲ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ 'ਚ ਹੀ ਹੁੰਦੀਆਂ ਨੇ ਕਿਉਂ ਨਹੀਂ ਕਿਸੇ ਹੋਰ ਸਰਕਾਰ 'ਚ ਹੋਈਆਂ ਜਿਹੜੀ 17 ਸਾਲ ਉਹਨਾਂ ਦੀ ਜੇਲ੍ਹ ਕੀ ਦੀ ਗੱਲ ਕੀਤੀ ਆ ਅਸੀਂ ਕਈ ਵਾਰਾਂ ਵਿਧਾਨ ਸਭਾ 'ਚ ਸਵਾਲ ਉਠਾਇਆ ਕਿ ਬਾਦਲ ਸਾਹਿਬ ਸਾਨੂੰ 17 ਸਾਲਾਂ ਦਾ ਵੇਰਵਾ ਤੇ ਦੇ ਦਿਓ ਕਿ ਕਿੰਨੇ ਸਾਲ ਤੁਸੀਂ ਕੀਤੀ ਹੈ ਇਹ ਝੂਠ ਥੋੜਾ ਜਿਹਾ ਬੋਲਣਾ ਘੱਟ ਕਰਨ ਦੋ ਤੀਸਰੀ ਗੱਲ ਇਹਨਾਂ ਨੇ ਜਿਹੜੀ ਕੀਤੀ ਆ ਉਹਦਾ ਮੈਂ ਜਵਾਬ ਦਊਗਾ ਸ਼ਰਮਾ ਜੀ ਤੁਸੀਂ ਉਹਦਾ ਪੇਰ ਮੈਨੂੰ ਦੱਸਿਓ ਕਿ ਪੰਜਾਬ ਦੇ ਵਿੱਚ ਜਿਹੜੇ ਨਾ ਵਾਈਟ ਫਲਾਈ ਦੀ ਗੱਲ ਕੀਤੀ ਇਹਨਾਂ ਨੇ ਸਿਰਫ 5 ਕਰੋੜ ਦੀ 5500 ਕਰੋੜ ਦਾ ਕਿਸਾਨਾਂ ਦਾ ਨੁਕਸਾਨ ਕੀਤਾ ਇਹ ਗੁਨਾਹਗਾਰ ਨੇ ਕਿਸਾਨਾਂ ਦੇ ਇਹ ਪੰਜਾਬ ਦੇ ਲੋਕਾਂ ਦੇ ਗੁਨਾਹਗਾਰ ਨੇ ਇਹਨਾਂ ਜਿਹੜੇ ਸੀਡ ਦੀ ਸਬਸਿਡੀ ਦੀ ਗੱਲ ਕੀਤੀ ਕਿ ਅਸੀਂ ਦਿੱਤੀ ਸੁਚਾਲ ਸਿੰਘ ਲਗਾ ਦੇ ਟਾਈਮ ਦੀ ਬਿਰਸਾ ਸਿੰਘ ਬਲਟੋਆ ਉਹਦਾ ਚੇਅਰਮੈਨ ਸੀ ਕਮੇਟੀ ਦਾ ਸੁਨੀਲ ਜਾਖੜ ਉਹਦਾ ਮੈਂਬਰ ਸੀ ਉਸ ਵੇਲੇ ਵੀ ਇਹਨਾਂ ਕਣਕ ਦੇ ਪੈਸੇ ਕਣਕ ਦੇ ਬੀਜ ਤੋਂ ਪੈਸੇ ਖਾਦੇ ਔਰ ਹਮੇਸ਼ਾ ਹੀ ਇਹਨਾਂ ਦੀ ਸਰਕਾਰ ਜਾਣ ਕੇ ਸੀਡ ਦੇ ਤਾਂ ਜਾਂ ਦਵਾਈਆਂ ਦੇ ਉੱਤੇ ਜਿਹੜੀ ਕੱਪੜੇ ਬਾਜੀ ਹੁੰਦੀ ਹੈ ਇਹਨਾਂ ਦੇ ਚੋਂ ਕੀ ਜ਼ਰੂਰਤ ਸੀ ਉੱਤੇ ਇੱਕੋ ਕੰਪਨੀ ਦੀ ਜਿਹੜੀ ਕਰਨ ਦੀ ਕਿਉਂਕਿ ਉਹਨਾਂ ਨੇ ਬਾਇਰ ਵਾਲਿਆਂ ਕੋਲ ਕਿਉਂ ਲਈ ਕਿਉਂ ਨਹੀਂ ਦੂਸਰੀਆਂ ਕੰਪਨੀਆਂ ਲਈਆਂ ਕਿਉਂ ਨਹੀਂ ਮਾਰਕੀਟ ਤੋਂ ਲਈ ਜਿਹੜੀ ਇਹਨਾਂ ਦੀ ਆਪਣੀ ਸਰਕਾਰੀ ਏਜੰਸੀ ਸੀ ਇਹਨਾਂ ਨੇ ਪੰਜਾਬ ਦੇ ਵਿੱਚ ਕਿਸਾਨੀ ਦਾ ਜੇ ਕੋਈ ਬੀੜਾ ਕਰ ਕਰਨ ਵਾਲਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲਿਆ ਜੇ ਕਿਸਾਨੀ ਬਚਾ ਕੇ ਰੱਖੀ ਹੋ ਡਾਕਟਰ ਮਨਮੋਹਨ ਸਿੰਘ ਨੇ ਬਚਾਈ ਓਕੇ ਓਕੇ ਬਸ ਤੁਹਾਡਾ ਥੋੜਾ ਵਿਊ ਪੁਆਇੰਟ ਆ ਗਿਆ ਸ਼ਰਮਜੀਤ ਇਹਨਾਂ ਤੇ ਕਹਿਣਾ ਕਿ ਜੋ ਪੰਜਾਬ ਚ ਕਿਸਾਨਾਂ ਦਾ ਪੇੜਾ ਕਰਕ ਹੋਇਆ ਉਹਦੇ ਲਈ ਹਕਮਤਰ ਜ਼ਿੰਮੇਵਾਰ ਝੂਠ ਦੀ ਨਾ ਕੋਈ ਹੱਦ ਹੁੰਦੀ ਆ ਇਹ ਇੱਕ ਵੀ ਇੱਕ ਵੀ ਪੁਆਇੰਟ ਕਿਸਾਨਾਂ ਦੇ ਹੱਕ ਚ ਕਹਿ ਦੇਣ ਇਹਨਾਂ ਦੀ ਸਰਕਾਰ ਚ ਕਦੇ ਹੋਇਆ ਕਦੇ ਮਨਮੋਹਨ ਸਿੰਘ ਨੇ ਕੁਝ ਕੀਤਾ ਜਿੱਥੋਂ ਤੱਕ ਵਾਈਟ ਫਲਾਈ ਦੀ ਗੱਲ ਆਸਲ ਚ ਪ੍ਰੋਬਲਮ ਕਿੱਥੇ ਆਈ ਇਹਨਾਂ ਨੂੰ ਵੀ ਪਤਾ ਅਸਲੀਅਤ ਕਿ ਬਾਰਿਸ਼ ਪੈਣ ਕਰਕੇ ਕਣਕ ਜਿਹੜੀ ਲੇਟ ਕਟਾਈ ਹੋਈ ਤੇ ਜਿਹੜੀ ਵਾਈਟ ਫ्लाई ਹੈ ਇਹ ਲਾਵੇ ਚ ਹੀ ਮਰ ਸਕਦੀ ਹੈ ਜਦੋਂ ਮੱਛਰ ਪੈਦਾ ਹੋ ਜਾਂਦਾ ਹੈਗਾ ਕੋਈ ਦਵਾਈ ਛਿੜਕ ਲਿਓ ਮਰਦੀ ਨਹੀਂ ਹੈ ਇਹਹੀ ਹਾਲ ਪੰਜਾਬ ਚ ਹੋਇਆ ਇਹਹੀ ਹਾਲ ਹਰਿਆਣਾ ਚ ਹੋਇਆ ਇਹਹੀ ਹਾਲ ਸਾਰਿਆਂ ਚ ਹੋਇਆ ਔਰ ਜਿਹੜੀ ਦਵਾਈ ਖਰੀਦੀ ਗਈ ਆ ਉਸ ਯੂਨੀਵਰਸਿਟੀ ਦੇ ਪ੍ਰਸਕ੍ਰਾਈਬਡ ਨਾਰਮਸ ਦੇ ਹਿਸਾਬ ਨਾਲ ਜਿਹੜੀ ਕੰਪਨੀ ਤੋਂ ਲੈਣੀ ਸੀਗੀ ਉਸੇ ਤੋਂ ਜਿਹੜੀ ਉਹ ਦਵਾਈ ਖਰੀਦੀ ਗਈ ਆ ਔਰ ਵੈਸੇ ਵੀ 10% ਸਿਰਫ ਦਵਾਈ ਪੰਜਾਬ ਗਵਰਨਮੈਂਟ ਨੇ ਸਪਲਾਈ ਕੀਤੀ ਆ ਬਾਕੀ ਦਵਾਈ ਜਿਹੜੀ ਆ ਉਹ ਦੁਕਾਨਾਂ ਤੋਂ ਖਰੀਦੀ ਗਈ ਆ ਇਹ ਸਿਰਫ ਨਾ ਇੱਕ ਝੂਠ ਮੂਠ ਕਰਕੇ ਮੁੱਦਾ ਬਣਾਉਣਾ ਚਾਹੁੰਦੇ ਆ ਕਦੇ ਕੋਈ ਇਹ ਜੀ ਗੱਲ ਨਹੀਂ ਕਰੀ ਅੱਜ ਤੱਕ ਕਿਸਾਨਾਂ ਦੇ ਹੱਕ ਚ ਬਾਕੀ ਇਹ ਰਮਨਜੀਤ ਸਿੱਕੀ ਦੀ ਗੱਲ ਕਰ ਰਹੇ ਆ ਮੰਨ ਲਓ ਅਕਾਲੀ ਦਲ ਦਾ ਕੋਈ ਲੀਡਰ ਅਸਤੀਫਾ ਦੇ ਕੇ ਸਟੇਜ ਤੇ ਚਲਾ ਜਾਏ ਤੇ ਉੱਥੇ ਜਾ ਕੇ ਨੈਸ਼ਨਲ ਵਿਰੋਧੀ ਗੱਲਾਂ ਕਰੇ ਖਾਲਿਸਤਾਨ ਦੇ ਹੱਥੇ ਖੜੇ ਕਰੇ ਉੱਥੇ ਜਾ ਕੇ ਸਟੇਜ ਤੇ ਬੋਲੇ ਤੇ ਉਸ ਤੋਂ ਬਾਅਦ ਆ ਕੇ ਫਿਰ ਅਕਾਲੀ ਦਲ ਚ ਜਾਵੇ ਜੀ ਬਲਸਾ ਸਿੰਘ ਮਲਟੋਆ ਕੱਲ ਨੂੰ ਸਿੱਕੀ ਨੂੰ ਠੀਕ ਨਹੀਂ ਦੇਣਗੇ ਦੱਸੋ ਅੱਜ ਦੇ ਪੰਜਾਬ ਦੇ ਮਟੋਆ ਅੱਜ ਤੱਕ ਸ਼ਰਮਾ ਜੀ ਤੁਸੋਂ ਵੇਲੇ ਬੈਠੇ ਸੀ ਅੱਜ ਤੱਕ ਵੇਲੇ ਉਹਨੇ ਕਿਹਾ ਮੈਂ ਆਤਵਾਦੀ ਸੀ ਆਤਵਾਦੀ ਹਾਂ ਤੇ ਆਤਵਾਦੀ ਲੰਗਾ ਕਿਉਂ ਨਹੀਂ ਬੋਲੇ ਅੱਜ ਤੱਕ ਉਹ ਦੇਸ਼ ਵਿਰੋਧੀ ਟੋਸਟ ਕਰਨ ਹੋਈ ਤੁਸੀਂ ਇਹਨੇ ਡਿਵਾਈਸ ਕਰਦੇ ਸੀ ਬੈਠੇ ਸੀ ਤੁਸੀਂ ਫਿਰ ਸਿੱਕੀ ਨੂੰ ਜਸਟੀਫਾਈ ਕਰਦੇ ਖਾਲਸਪੁਰ ਦੇ ਹੱਕ ਕਰ ਦੋ ਉੱਥੇ ਉਸ ਵੇਲੇ ਉਸ ਵੇਲੇ ਖਾਲਸਪੁਰ ਦੀ ਗੱਲ ਸਿੱਕੀ ਨਹੀਂ ਸੀ ਬੈਠਾ ਸਿੱਕੀ ਨਾ ਨਾ ਜਿਹੜੇ ਦੋ ਵਜਨ ਹਰਮੰਦਰ ਗਿਆ ਤੇ ਦੂਸਰਾ 45 ਮੇਰੇ ਥੋ ਗਏ ਹੀ ਨਹੀਂ ਸਿੱਕੀ ਉਹ ਆਦਮੀ ਤਾਂ ਗਏ ਨਹੀਂ ਸਿੱਕੀ ਲਾਲੀ ਮੰਜਿੱਟਿਆ ਹਰਜਿੰਦਰ ਬਿਲਕੁਲ ਨਹੀਂ ਉਹ ਤਾਂ ਗਏ ਜੀਰਾ ਮੇਰੀ ਗੱਲ ਸੁਣੋ ਸੋਸ਼ਲ ਮੀਡੀਆ ਦੀ ਰਿਕਾਰਡਿੰਗਾਂ ਚੱਲੀ ਸਾਰਾ ਇਕੱਠ ਉਹਨਾਂ ਨੇ ਕਰਿਆ ਏਜੰਡਾ ਉਹਨਾਂ ਨੇ ਡਿਕਟੇਟ ਕੀਤਾ ਅੱਜ ਤੱਕ ਕਾਂਗਰਸ ਨੇ ਕਿਸੇ ਇੱਕ ਨੂੰ ਨੋਟਿਸ ਦੇਆ ਇਹ ਕਹਿ ਰਿਹਾ ਰਜਾਇਨ ਦੇ ਗਿਆ ਦਾ ਸਿੱਕੀ ਕੱਲ ਨੂੰ ਵੀ ਸਿੱਕੀ ਨੂੰ ਟਿਕਟ ਨਹੀਂ ਦੇਣਗੇ ਦੱਸੋ ਰੰਧਾਵਾ ਜੀ ਮੇਰੇ ਕੋਲ ਅੱਜ ਤੱਕ ਕੋਈ ਨੋਟਿਸ ਨਹੀਂ ਆਇਆ ਨੇ ਜਵਾਬ ਦਿਓ ਜਦੋਂ ਹੱਤਬਾ ਦੇ ਖਿਲਾਫ ਹੋ ਰਿਹਾ ਪਾਰਟੀ ਹਾਈ ਸਾਹਿਬ ਨੇ ਕਿਹਾ ਕੱਲੂ ਬੀਟੀਕਨ ਦੇ ਵਿੱਚ ਤੁਹਾਨੂੰ ਤੁਹਾਡੀ ਗੱਲ ਦਾ ਜੀ ਉਸੇ ਵਿਰਸਾ ਸਿੰਘ ਬਲਟੋਆ ਨੇ ਕਹਿੰਦੀ ਜੋ ਵਿਰਸਾ ਸਿੰਘ ਬਲਟੋਆ ਨੇ ਜੋ ਗੱਲ ਆ ਗਾੜੀ ਦੀ ਗੱਲ ਚੱਲ ਰਹੀ ਆ ਅੱਜ ਅੱਜ ਇਹਦਾ ਮਤਲਬ ਸਿੱਕੀ ਜਿਹੜਾ ਉਹਨੇ ਹਾਊਸ ਚ ਕੀਤਾ ਸਿੱਧੂ ਸਭ ਹਾਊਸ ਚ ਬੰਦਾ ਕਿ ਆ ਪਤਨ ਸਾਹਿਬ ਵੀ ਬੈਠੇ ਕਿਸੇ ਬੰਦੇ ਦੇ ਇਫੇਲਿਸ਼ਨ ਲਾ ਕੇ ਕਿ ਉਹ ਸਿੱਧਾ ਨਹੀਂ ਕਿਹਾ ਸੀਗਾ ਬਲਟੋਆ ਜੀ ਨੇ ਇਹ ਗੱਲ ਇੱਕ ਮਿੰਟ ਬਲਟੋਆ ਜੀ ਨੇ ਇਹ ਗੱਲ ਕਹੀ ਸੀਗੀ ਵੀ ਜੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਨੂੰ ਤੁਸੀਂ ਅੱਤਵਾਦੀ ਕਹਿੰਦੇ ਆ ਤਾਂ ਮੈਂ ਹਾਂ ਇਹਨਾਂ ਨੇ ਪੰਜਾਬ ਨੂੰ ਕਦੇ ਅੱਤਵਾਦੀ ਕਹਿ ਕੇ ਬਦਨਾਮ ਕੀਤਾ ਕਦੇ ਇਹਨਾਂ ਨੇ ਨਸ਼ਾੜੀ ਕਹਿ ਕੇ ਬਦਨਾਮ ਕੀਤਾ ਕਦੇ ਪੰਜਾਬ 'ਚ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਕਾਂਗਰਸ ਨੇ ਸਦਾ ਪੰਜਾਬ ਵਿੱਚ ਹਿੰਦੂ ਸਿੱਖਾਂ ਨੂੰ ਗਲਾਕੇ ਰਾਜ ਕਰਕੇ ਸ਼ਰਮੇ ਤੁਹਾਡਾ ਥਿਊ ਰਿਵਿਊ ਪੁਆਇੰਟ ਪੰਜਾਬ ਦੀ ਭਲਾਈ ਬਾਰੇ ਬੋਲਣਾ ਸੀ ਸ਼ਰਮੇ ਤੁਹਾਡਾ ਥਿਊ ਪੁਆਇੰਟ ਆ ਗਿਆ ਪਰਫਾਰਮੈਂਸ ਦੇ ਆਧਾਰ ਤੇ ਲੋਕਾਂ ਚ ਗਏ ਹਨ ਰਣਵੇ ਜੀ ਆਪਣੀ ਗੱਲ ਕਹੋ ਪਰਫਾਰਮੈਂਸ ਦੇ ਆਧਾਰ ਤੇ ਲੋਕਾਂ ਚ ਜਾਵਾਂਗੇ ਕਰਦੇ ਵੀ ਕਾਂਗਰਸ ਨੂੰ ਪਹਿਲਾ ਦੋ ਵਾਰੀ ਰਿਜੈਕਟ ਕਰਿਆ ਅੱਗੇ ਵੀ ਕਾ ਕੇ ਤੁਸੀਂ ਦੱਸੋ ਚਲੋ ਰਣਵੇ ਸਾਹਿਬ ਜਸਟੀਫਾਈ ਤੁਸੀਂ ਸਿੱਖੀ ਨਹੀਂ ਜਸਟੀਫਾਈ ਸ਼ਰਮੇ ਜੀ ਰਣਵੇ ਸਾਹਿਬ ਖਾਲਿਸਤਾਨੀ ਨੂੰ ਅਤਵਾਦ ਦੇ ਹੱਕ ਚ ਬੋਲਣਾ ਨਹੀਂ ਮੈਨੂੰ ਡਿਬੇਟ ਚ ਲਾਉਣ ਦਿਓ ਤੁਸੀਂ ਤੁਸੀਂ ਜਿਹੜੇ ਮਸਲੇ ਜਿਹੜੇ ਕੀ ਸਮੇਂ ਤੁਹਾਡੇ ਵੀਊ ਬੰਡ ਆ ਗਿਆ ਸਿੱਧੂ ਸਾਹਿਬ ਪੁੱਛੋ ਇਹਨਾਂ ਨੂੰ ਸਿੱਖੋ ਬੰਡ ਆਇਆ ਅਰਜਨ ਸਿੰਘ ਚਾਵਲਾ ਰਜਿੰਦਰ ਮੇਕਾ ਕਿਉਂ ਕੱਟਣ ਜੀ ਗਏ ਤੁਸੀਂ ਪ੍ਰਕਾਸ਼ ਸਿੰਘ ਬਾਦਲ ਜਿਸ ਵੇਲੇ ਪੰਜਾਬ ਵਾਲੇ ਨੇ ਉੱਥੇ ਸਪੀਡ ਦਿੱਤੀ ਪ੍ਰਕਾਸ਼ ਸਿੰਘ ਬਾਦਲ ਖਾਲਸਾਣ ਦੀ ਮੋਹਰ ਲਾਉਣ ਵੇਲੇ ਉੱਥੇ ਜੀ ਸਭ ਤੋਂ ਮੋਹਰੇ ਅਮਰਿੰਦਰ ਸਿੰਘ ਜੀ ਸਭ ਤੋਂ ਮੋਹਰੇ ਮਤਲਬ ਇਹਦਾ ਮਤਲਬ ਤੁਸੀਂ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜਸਟੀਫਾਈ ਕਰਦੇ ਹੋ ਜਿਸ ਵੇਲੇ ਨੇ ਸੰਵਧਨ ਪੜੇ ਪ੍ਰਕਾਸ਼ ਸਿੰਘ ਬਾਦਲ ਜੀ ਨੇ ਸਦਾ ਪੰਜਾਬੀਆਂ ਦੀ ਗੱਲ ਕੀਤੀ ਆ ਪੰਜਾਬ ਦੀ ਗੱਲ ਕੀਤੀ ਆ ਹੋਰ ਪੰਜਾਬ ਪ੍ਰਤੀ ਸਮਰਪਿਤ ਰਹੇ ਆ ਇਹਨਾਂ ਨੂੰ ਕੋਈ ਮਹਾਤਮਾ ਕਹਿੰਦੇ ਹੋ ਉਹਕੇ ਚਲੇ ਤੁਹਾਡੇ ਦੋਨਾਂ ਦਾ ਤੇਰੇ ਨੇ ਨੋਟੀਫਿਕੇਸ਼ਨ ਆ ਗਿਆ ਤੁਹਾਡਾ 뷰 ਪੁਆਇੰਟ ਆ ਗਿਆ ਮੈਂ ਇਸ ਮੁੱਦੇ ਦੇ ਉੱਤੇ ਜਿਹੜਾ ਹੈ ਕਿ ਜੋ ਪੰਜਾਬ ਦੀ ਮੌਜੂਦਾ ਸਿੱਧੀ ਹੈ ਤਾਂ 100 ਕਾਲ ਸਰਬਤਾਂ ਸ਼ਰਮੇ ਤੁਹਾਡਾ 뷰 ਪੁਆਇੰਟ ਅਜੰਡਾ ਤੈਅ ਕਰਦੀ ਉਹ ਕਿਉਂ ਕੇ ਸਿੱਧੂ ਸਾਹਿਬ ਇੱਕ ਮਿੰਟ ਹੋਣੇ ਕਾਲ ਜਿਹੜਾ ਪੁਆਇੰਟ ਕਰਨ ਵਾਸਤੇ ਅਜੰਡਾ ਤੈਅ ਕਰਦੇ ਆ ਇਹ ਸਿੱਖੀ ਦੀ ਗੱਲ ਕਰਦੇ ਨੇ ਸਿੱਖੀ ਦੱਸੋ ਤਾਂ ਕਿਹਦੀ ਸਿੱਖੀ ਦੀ ਗੱਲ ਕਰ ਸਕੀ ਜਿਸ ਨੇ ਸਿੱਖਾਂ ਦਾ ਆਪਣਾ ਦਲੇਰੀ ਕਹਿੰਦੇ ਆ ਸਿੱਖਾਂ ਦਾ ਕਤਿਆਮ ਦੀ ਗੱਲ ਕਰ ਆ ਕਾਲ ਤੱਕ ਸਾਹਿਬ ਨੂੰ ਢਾਹ ਢੇਰੀ ਕੀਤਾ ਹੋਏ ओके ओके अब चलो मर्यादा में खत्म करने की कोशिश कर शर्मा जी वो अपने आप ਨੂੰ ਸਿੱਖਾਂ ਦੇ ਮੈਂਦਰੀ ਕਹਿ ਸਕਦੇ ਆ ਤੇ ਉਸ ਵੇਲੇ ਜਦੋਂ ਜਦੋਂ ਇਹਨਾਂ ਦੀ ਤਖਲੀਫ ਹੋਈ ਵਧ ਜਾਂਦੀ ਉਹਦੋਂ ਤੁਹਾਡੇ ਕਾਰਨਾਮੇ ਲੋਕਾਂ ਦੇ ਸਾਹਮਣੇ પ્રકાશ ਸਿੰਘ ਬਾਦਲ ਨੇ ਕੀਤੇ ਨੇ ਸ਼ਰਮਾ ਜੀ ਮਾਈਨ ਦੇ ਵਿੱਚ ਪੰਜਾਬ ਮਰਵਾਇਆ ਪੰਜਾਬ ਵਿੱਚ ਜਿਹੜੇ ਹਿੰਦੂ ਸਿੱਖਾਂ ਤੇ ਨਾਪੜਾ ਕਰ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਤੁਸੀਂ ਨੂੰ ਮੇਰ ਫੌਜ ਕਿਨੇ ਭੇਜੀ ਫੌਜ ਦੀ ਫੌਜ ਦੇ ਕੋਲ ਕੋਲ ਉਹ ਕੇ ਉਹ ਕੇ ਅਜਾ ਉੱਪਰ ਹੀ ਰੁੰਦੇ ਫਿਰਦੇ ਉਹ ਗਿਰਨਾ ਵਾਜੀ ਤੁਹਾਡੇ 뷰ਪੁਆਇੰਟ ਆ ਗਿਆ ਸ਼ਰਮਾ ਜੀ ਫ੍ਰੀ ਸ਼ਰਮਾ ਜੀ ਮੈਨੂੰ ਬਹੁਤ ਬਾਬਾ ਰਲਾਵਾ ਸਾਹਿਬ ਅਰਨਾਉ ਦੇ ਮੈਨੂੰ ਡਿਬੇਡ ਮੈਨੂੰ ਚਲਾਣ ਦਿਓ ਮੈਨੂੰ ਡਿਬੇਡ ਚਲਾਣ ਦਿਓ ਤੁਹਾਡਾ 뷰ਪੁਆਇੰਟ ਆ ਗਿਆ ਬੜਾ ਸਮਾਂ ਬੜਾ ਘਟ ਹੈਗਾ ਇਸ ਮੁੱਦੇ ਦੇ ਉੱਤੇ ਸ਼ਰਮਾ ਜੀ ਔਰ ਮੋਗੇ ਚ ਸ਼ਰਮਾ ਸ਼ਰਮਾ ਜੀ ਆਪਾਂ ਪੋਲੀਟੀਕਲ ਰੈਲੀ ਜਿਨੀ ਬੋਲੇ ਰਨਾਵਾ ਸਾਹਿਬ ਸ਼ਰਮਾ ਜੀ ਆਪਾਂ ਪੋਲੀਟੀਕਲ ਰੈਲੀ ਜਿਨੀ ਬੋਲੇ ਇਸ ਮੁੱਦੇ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਰੀਫ ਦੇਵੇ ਸਮਾਂ ਬੜਾ ਘੱਟ ਲੱਗ ਰਿਹਾ ਕਿ ਜਿਹੜੀ ਉਹ ਆਪਾਂ ਪੰਜਾਬ ਦੇ ਰਾਜ ਨੂੰ ਗਵਾੜ ਲਈ ਕੋਈ ਇੱਕ ਦੇ ਜ਼ਿੰਮੇਵਾਰ ਹੈ ਜਿਹੜੀ ਡਿਵੈਂਟ ਸ਼ੁਰੂ ਕੀਤੀ ਹੈ ਉਹ ਆਊਟ ਆਫ ਟਰੈਕ ਹੋ ਰਹੀ ਹੈ ਡਿਬੇਟ ਤੇ ਰਹੀ ਹੈ ਐਕਸੈਕਟਲੀ ਤੁਸੀਂ ਇਸ ਮੁੱਦੇ ਤੇ ਗੱਲ ਕਰੋ ਕਿ ਪੰਜਾਬ ਦੀ ਸਥਿਤੀ ਕੌਣ ਕਰ ਰਿਹਾ ਹੈ ਦੇਖੋ ਦੋਨੋਂ ਪੋਲੀਟੀਕਲ ਪਾਰਟੀਆਂ ਨੇ ਦੋ ਦੋਨਾਂ ਨੂੰ ਸੂਟ ਕਰਦਾ ਕਰਦੀਆਂ ਉਹੀ ਨੇ ਜੋ ਮੈਨੂੰ ਲੱਗ ਮੈਨੂੰ ਨਹੀਂ ਲੱਗਦਾ ਕਿ ਮਤਲਬ ਕਦੇ ਇਸ਼ੂਜ਼ ਬਾਰੇ ਕਿਤੇ ਗੱਲ ਹੁੰਦੀ ਹੈ ਕਿ ਸੂਸ ਤਾਂ ਮੈਂ ਤੁਹਾਨੂੰ ਪਹਿਲਾਂ ਕਹਿਆ ਸੀ ਇੱਕ ਵਾਰੀ ਸਾਡੇ ਆਪਣੀ ਪਹਿਲੀ ਵੀ ਡਿਬੇਟ ਚ ਕਹਲੋ ਸੀ ਜਿਹੜੀ ਵਿਰੋਧੀ ਪਾਰਟੀ ਹੈ ਉਸੇ ਨੂੰ ਹੀ ਹਰ ਚੀਜ਼ ਦੀ ਚਿੰਤਾ ਹੁੰਦੀ ਹੈ ਚਾਹੇ ਉਹ ਕੈਪਟਨ ਸਾਹਿਬ ਵਾਲੇ ਅਕਾਲੀ ਦਲ ਵਾਲੇ ਰਹੇ ਹੁਣ ਜਾਂ ਹੁਣ ਕਾਂਗਰਸ ਵਾਲੇ ਜਦੋਂ ਤੋਂ ਵਿਰੋਧ ਚ ਹੁੰਦੇ ਆ ਤਾਂ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਜਿਲਦੀਆਂ ਲੇਕਿਨ ਇੱਕ ਗੱਲ ਰੰਧਾਵਾ ਸਾਹਿਬ ਦੀ ਬਿਲਕੁਲ ਠੀਕ ਹੈ ਕੈਪਟਨ ਸਾਹਿਬਲੇ ਜੋ ਹੈ ਉਹ ਫਸਲਾ ਚੱਕਣ ਚ ਕੋਈ ਦਿੱਕਤ ਨਹੀਂ ਆਈ ਇਹ ਚ ਕੋਈ ਮੰਨਣੀ ਇਹ ਮੰਨਣ ਦੀ ਨਹੀਂ ਸ਼ਮਾ ਇਹ ਆਈ ਹੈ ਅਸੀਂ ਰੋਜ਼ ਦੇਖਦੇ ਆ ਇਹ ਆਦੀਆਂ ਲੇਕਿਨ ਆ ਛੱਡ ਦਿਓ ਇਸ ਵਾਰੀ ਜਿਹੜੀ ਪੈਡੀ ਦੀ ਫਸਲ ਹੈ ਉਹ ਬਹੁਤ ਸਮੂਥਲੀ ਚੱਕੀ ਗਈ ਹੈ ਉਸ ਦਾ ਕਾਰਨ ਸਿਰਫ ਇਹ ਰਿਹਾ ਕਿ ਉਥੇ ਭੰਡਾਰ ਚ ਉਹ ਚਾਵਲ ਖਤਮ ਹੋਏ ਮੈਂ ਹੁਣੇ ਪਤਾ ਕੀਤਾ ਐਮਡੀ ਤੋਂ ਇਹਨਾਂ ਦੇ ਤੋਂ ਉਹਨਾਂ ਨੇ ਮੈਨੂੰ ਕਿਹਾ ਕਿ ਉਥੇ ਚਾਵਲ ਹੈ ਨਹੀਂ ਇਸ ਕਰਕੇ ਬਹੁਤ ਫੜ ਚੁਕੇ ਲੇਕਿਨ ਕਿਸਾਨਾਂ ਨਾਲ ਧੋਖਾ ਦੇਖੋ ਕਿੰਨਾ ਜ਼ਬਰਦਸਤ ਹੋ ਗਿਆ ਮੈਂ ਉਸ ਤੇ ਆਣਾ ਚਾਹੁੰਦਾ 1509 ਸਰਕਾਰ ਨੇ ਚੁੱਕੀ ਸਾਰੀ ਫਸਲ ਇਹ 1450 ਰੁਪਏ ਦੀ ਠੀਕ ਹੈ ਅੱਜ ਉਸੇ ਬਾਸਮਤੀ ਦਾ ਭਾਅ ਜਿਹੜਾ ਡਬਲ ਤੋਂ ਵੀ ਉੱਤੇ ਹੋਇਆ ਪਿਆ ਜੀ ਜੀ ਹੁਣ ਤਾਂ ਸਾਰੀ ਸਰਕਾਰ ਨਹੀਂ ਚੱਕੀ ਹੈ ਤਾਂ ਐਟ ਲੀਸਟ ਸਰਕਾਰ ਉਸੇ ਨੂੰ ਉਹਦੀ ਮਿਲਿੰਗ ਕਰਾ ਕੇ ਉਹ ਡਬਲ ਭਾਅ ਤੇ ਵੇਚ ਕੇ ਉਹਨਾਂ ਕਿਸਾਨਾਂ ਨੂੰ ਹੀ ਉਹ ਪੈਸੇ ਵਾਪਸ ਕਰ ਕਰ ਸਕਦੇ ਇਹਦੇ ਉੱਤੇ ਹਜੇ ਤੱਕ ਨਾ ਤਾਂ ਸੀਐਮ ਸਾਹਿਬ ਦਾ ਕੋਈ ਬਿਆਨ ਹੈ ਨਾ ਐਗਰੀਕਲਚਰ ਬਿਲਕੁਲ ਥੈਂਕ ਯੂ ਵੈਰੀ ਮਚ ਸਰਕਾਰਾਂ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ ਜਦੋਂ ਫਸਲਾਂ ਦੀ ਵਿਕਣ ਦਾ ਮਾਮਲਾ ਜਿਹੜੇ ਅਹਿਮ ਮੁੱਦੇ ਹੈ ਅਲਟੀਮੇਟਲੀ ਸਰਕਾਰਾਂ ਨੇ ਫੈਸਲੇ ਕਰਨੇ ਹੁੰਦੇ ਹਨ ਇਹਨਾਂ ਮੁੱਦਿਆਂ ਨੂੰ ਲੈ ਕੇ ਮੈਂ ਪੰਜਾਬ ਦੇ ਵਿੱਚ ਕੈਪਟਨ ਮਰਿੰਦਰ ਦੀ ਪ੍ਰਧਾਨਗੀ ਔਰ ਸਦਭਾਵਨਾ ਰੈਲੀਆਂ ਉਸ ਨੂੰ ਲੈ ਕੇ ਪੰਜਾਬ ਦਾ ਜਿਹੜਾ ਮਾਹੌਲ ਹੈ ਇਸ ਵੇਲੇ ਪੂਰੀ ਤਰ੍ਹਾਂ ਗਰਮ ਹੋਇਆ ਹੈ ਉਹਨਾਂ ਮੁੱਦਿਆਂ ਤੇ ਮੈਂ ਆਪਣੇ ਮਹਿਮਾਨਾਂ ਦੇ ਨਾਲ ਦੋ ਪੜਾਵੀ ਚਰਚਾ ਕਰ ਰਿਹਾ ਹਾਂ ਪਹਿਲੇ ਪੜਾਵੀ ਚਰਚਾ ਦੇ ਵਿੱਚ ਸ਼ਾਮਲ ਹੋ ਦਿੰਨਾ ਦਾ ਤਨਬਾਦੀ ਹੈ ਔਰ ਨਾਲ ਹੀ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਇੱਕ ਸੁਨੇਹਾ ਹੈ ਕਿ ਇਸੇ ਨਾਜ਼ਕ ਬੁੱਧਾ ਨਾਲ ਤੁਸੀਂ ਦੂਜੇ ਪੜਾਅ ਦੀ ਚਰਚਾ ਦੇਖਣਾ ਵੀ ਨਾ ਭੁੱਲਿਓ